ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੀ ਹਾਲ ਚਾਲ ਸਾਰਿਆਂ ਦਾ? ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਲਿਟਲ ਏਂਜਲ ਮਹਿਰੀਨ 'ਤੇ। ਆ ਫਿਰਦੀ ਹੈ, ਦੇਖੋ ਲਿਟਲ ਏਂਜਲ ਮੀਂਹ 'ਚ ਭਿੱਜਦੀ। ਅੱਜ ਫਿਰ ਇੱਥੇ ਮੀਂਹ ਪੈ ਰਿਹਾ ਹੈਗਾ ਅਤੇ ਇਹ ਫਿਰਦਾ ਸੀ ਮੀਂਹ 'ਚ ਭਿੱਜਦਾ। ਭਿੱਜਿਆ ਆ? ਕੀ ਕਰਕੇ ਆਇਆ ਗਾ? ਇਹ ਨਹੀਂ ਲਾਉਣੀ ਹੈਗੀ, ਅੱਜ ਆਪਾਂ ਕੱਪੜੇ ਧੋਂਦੇ ਹੀ ਨਹੀਂ ਹੈਗੇ। ਅੱਜ ਤਾਂ ਮੀਂਹ ਪੈ ਰਿਹਾ। ਰੰਦੀ ਵੱਢਦੀ ਹੁੰਦੀ ਆ ਇਹ? ਵੱਡੀ ਸੀ ਨਾ ਕੱਲ, ਹੈ ਨਾ? ਹੋਰ ਧੋਇਆ ਆ? ਲੈ ਦੱਸ ਫੇਰ ਜਾਨਾ ਤੂੰ ਤਾਂ। ਓਏ ਮੈਂ ਮੂੰਹ ਧੋ ਕੇ ਆਉਣਾ। ਕੀ ਲੱਗਿਆ ਤੇਰੇ ਮੂੰਹ ਨੂੰ? ਇਹਨੇ ਤਾਂ ਠੰਡ ਚ ਵੀ ਤੰਗ ਹੀ ਕਰਿਆ ਕਰਨਾ, ਜਾ ਕੇ ਬਿੰਦ ਕੁ ਬਾਅਦ ਟੂਟੀ ਖੋਲ ਲੈਂਦੀ ਆ। ਪਜਾਮੀ ਦਾ ਕੀ ਹਾਲ ਬਣਾਇਆ ਗਾ? ਟਿੱਡੀ ਜੀ ਟਿਕਦੀ ਹੋਈ ਨੀ ਸਾਰਾ ਦਿਨ। ਅੰਦਰ ਆ ਜਾਓ, ਪਹਿਲਾਂ ਹੀ ਨੀ ਤੂੰ ਠੀਕ ਹੈਗੀ। ਓਏ ਹਾਂਜੀ ਦੋਸਤੋ, ਹੁਣ ਆਪਾਂ ਆ ਗਏ ਸੀ BR ਪੰਜਾਬ ਅਤੇ ਆਪਣਾ ਅਚਾਨਕ ਪਲੈਨ ਬਣ ਗਿਆ ਸੀਗਾ ਮੂਵੀ ਦੇਖਣ ਦਾ। ਅਰਦਾਸ ਮੂਵੀ ਲੱਗੀ ਹੋਈ ਆ ਅਤੇ ਉਹ ਆਪਾਂ ਦੇਖਾਂਗੇ ਅੱਜ। ਚਲੋ ਚਲੋ, ਭੱਜ ਲਓ ਭੱਜ ਲਓ, ਲੇਟ ਹੋ ਗਿਆ। ਕਿੱਥੇ ਭਜਾਈ ਫਿਰਦੇ, ਭੱਜੀ ਫਿਰਦੇ ਦੇਖਦੇ ਇਹਨੂੰ। ਰੁਕ ਜਾ ਮਿੱਠੀ, ਹਜੇ ਪਰ ਤੂੰ ਹੌਲੀ ਕਰਦਾ ਗਾ, ਟਾਈਮ ਆਪਣੇ ਕੋਲ ਹੈ ਨੀ। ਹਾਂਜੀ, ਗੁੱਗੂ ਨੇ ਅੱਜ ਦੇਖੀ ਸੀ ਆਪਣੀ ਲਾਈਫ ਦੀ ਫਸਟ ਮੂਵੀ। ਇਸ ਤੋਂ ਪਹਿਲਾਂ ਇੰਨਾ ਟਾਈਮ ਹੋ ਗਿਆ ਆਪਾਂ ਇਹਨੂੰ ਕਦੇ ਨਹੀਂ ਲੈ ਕੇ ਗਏ, ਕਿਉਂਕਿ ਛੋਟਾ ਸੀਗਾ ਅਤੇ ਅੱਜ ਖੇਡਦਾ ਫਿਰ ਰਿਹਾ। ਵੈਸੇ ਇਹਨੇ ਤੰਗ ਨਹੀਂ ਕੀਤਾ ਵਿਚਾਰੇ ਨੇ, ਹਾਫ ਤੋਂ ਜ਼ਿਆਦਾ ਟਾਈਮ ਲੰਘ ਗਿਆ ਅਤੇ ਵਧੀਆ ਰਿਹਾ। ਹਾਂਜੀ, ਮੂਵੀ ਦੇਖ ਕੇ ਹੁਣ ਆਪਾਂ ਗਏ ਬਾਹਰ। ਗੁੱਗੂ ਤਾਂ ਸੌਂ ਗਿਆ ਸੀਗਾ ਅਤੇ ਤਾਂ ਹੀ ਐਵੇਂ ਸੁਸਤ ਜਿਹਾ ਹੋਇਆ ਫਿਰਦਾ ਗਾ। ਹਾਫ ਤੋਂ ਜ਼ਿਆਦਾ ਟਾਈਮ ਤਾਂ ਇਹਨੇ ਖੇਡਦਾ ਰਿਹਾ ਇਹ, ਅਤੇ ਫਿਰ ਸੌਂ ਗਿਆ ਸੀ। ਹਾਂਜੀ, ਇੱਥੇ ਆਪਾਂ ਰੁਕੇ ਸੀ ਆਈਸਕ੍ਰੀਮ ਖਾਣ ਲਈ। ਗੁੱਗੂ ਵਾਲਾ ਕਹਿ ਰਿਹਾ ਸੀ ਮੈਂ ਆਈਸਕ੍ਰੀਮ ਖਾਣੀ ਹੈ ਤਾਂ ਕਰਕੇ, ਅਤੇ ਉਸ ਤੋਂ ਬਾਅਦ ਆਪਾਂ ਸਿੱਧਾ ਚੱਲਾਂਗੇ ਘਰੇ। ਅਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨੈਕਸਟ ਵੀਡੀਓ 'ਚ। ਤੱਕ ਲਈ ਬਾਏ ਬਾਏ, ਟੇਕ ਕੇਅਰ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ, ਜਿਹੜੇ ਨਵੇਂ ਹੋ।